ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਡੂੰਘੀਆਂ ਸਿੱਖਰਾਂ। ਯੋਗਤਾ ਅਤੇ ਸਮਰੱਥਾ। ਯੋਗਤਾ ਜੇ ਵਰਤੀ ਨਾ ਜਾਵੇ ਤਾਂ ਇਹ ਗੁਆਚ ਜਾਂਦੀ ਹੈ। ਅਣਵਰਤੀ ਯੋਗਤਾ ਪਛਤਾਵੇ ਦਾ ਕਾਰਨ ਬਣਦੀ ਹੈ। ਯੋਗਤਾ ਗਰੀਬ ਦੀ ਦੌਲਤ ਹੁੰਦੀ ਹੈ, ਇਸ ਨੂੰ ਵਰਤਣ ਨਾਲ ਗਰੀਬ ਖੁਸ਼ਹਾਲ ਹੋ ਜਾਂਦੇ ਹਨ। ਵਿਕਾਸ ਕਰਨ ਦੀ ਯੋਗਤਾ ਅਤੇ ਮਿਹਨਤ ਦੀ ਸਮਰੱਥਾ ਤੋਂ ਬਿਨਾਂ ਅਮੀਰ ਨਹੀਂ ਹੋਇਆ ਜਾ ਸਕਦਾ। ਗਿਆਨ ਵਾਂਗ ਧਨ ਨੂੰ ਸੰਭਾਲਣ ਦੀ ਵੀ ਯੋਗਤਾ ਹੁੰਦੀ ਹੈ। ਕਈਆਂ ਕੋਲ ਸੰਭਾਲਣ ਦੀ ਯੋਗਤਾ ਘੱਟ ਹੁੰਦੀ ਹੈ, ਪਰ ਵਿਰਸੇ ਵਿੱਚੋਂ ਜਾਂ ਮਾਪਿਆਂ ਕੋਲੋਂ ਧਨ ਮਿਲ ਜਾ ਵੱਧ ਜਾਂਦਾ ਹੈ। ਅਜਿਹੇ ਲੋਕਾਂ ਕੋਲੋਂ ਬਹੁਤਾ ਧਨ ਚਲਾ ਜਾਂਦਾ ਹੈ ਅਤੇ ਉਤਨਾ ਕੁ ਹੀ ਬਚਦਾ ਹੈ ਜਿਤਨੇ ਨੂੰ ਸੰਭਾਲਣ ਦੀ ਯੋਗਤਾ ਅਤੇ ਸਮਰੱਥਾ ਹੁੰਦੀ ਹੈ। ਲੋੜ ਯੋਗਤਾ ਅਤੇ ਸਮਰੱਥਾ ਨੂੰ ਵਧਾਉਣ ਦੀ ਹੈ। ਬਾਣੀਏ ਕੋਲ ਬਹੁਤ ਧਨ ਹੁੰਦਾ ਹੈ ਕਿਉਂਕਿ ਉਸ ਵਿੱਚ ਬਚਾਉਣ ਦੀ ਯੋਗਤਾ ਅਤੇ ਸੰਭਾਲਣ ਦੀ ਸਮਰੱਥਾ ਹੁੰਦੀ ਹੈ, ਪਰ ਬਾਣੀਏ ਕੋਲ ਜ਼ਮੀਨ ਖੇਤ ਦੀ ਰਾਖੀ ਕਰਨ ਦੀ ਯੋਗਤਾ ਨਹੀਂ ਹੁੰਦੀ। ਕਿਸਾਨ ਹਮੇਸ਼ਾ ਥੁੜਿਆ ਹੀ ਰਹਿੰਦਾ ਹੈ ਕਿਉਂਕਿ ਉਸਦਾ ਧਿਆਨ ਖਰਚਣ 'ਤੇ ਹੁੰਦਾ ਹੈ ਅਤੇ ਕਈ ਵਾਰੀ ਉਧਾਰ ਲੈ ਕੇ ਵੀ ਖਰਚਿਆ ਜਾਂਦਾ ਹੈ। ਕਿਸਾਨ ਕੋਲ ਜ਼ਮੀਨ ਸੰਭਾਲਣ ਦੀ ਯੋਗਤਾ ਤਾਂ ਹੁੰਦੀ ਹੈ ਪਰ ਧਨ ਸੰਭਾਲਣ ਦੀ ਨਹੀਂ, ਸੋ ਉਸ ਕੋਲ ਧਨ ਅਮੁੱਕ ਹੋਣ ਦੇ ਬਾਵਜੂਦ ਬਚਦਾ ਨਹੀਂ। ਸਹੀ ਅਰਥਾਂ ਵਿੱਚ ਜਿਹੜਾ ਵਿਅਕਤੀ ਅਮੀਰ ਹੁੰਦਾ ਹੈ ਉਸਦੀ ਨਿਸ਼ਾਨੀ ਇਹ ਹੋਵੇਗੀ ਕਿ ਉਹ ਆਪਣੀ ਅਮੀਰੀ ਨੂੰ ਛੁਪਾਉਣ ਦਾ ਯਤਨ ਕਰੇਗਾ, ਜਦੋਂ ਕਿ ਹੋਛਾ ਵਿਅਕਤੀ ਆਪਣੀ ਅਸਲੀਅਤ ਨਾਲੋਂ ਵੱਧ ਅਮੀਰ ਪ੍ਰਤੀਤ ਹੋਣ ਦੇ ਯਤਨ ਵਿੱਚ ਹੀ ਡੁੱਬ ਜਾਵੇਗਾ। ਕਿਸਮਤ ਨਾਲ ਜਾਂ ਸਿਫਾਰਿਸ਼ ਨਾਲ ਤੁਹਾਨੂੰ ਕੋਈ ਨੌਕਰੀ ਜਾਂ ਅਫਸਰ ਮਿਲ ਸਕਦਾ ਹੈ, ਪਰ ਇਹ ਨੌਕਰੀ ਤੁਹਾਡੇ ਕੋਲ ਰਹੇਗੀ ਤਾਂ ਹੀ ਜੇ ਰੱਖਣ ਦੀ ਸਮਰੱਥਾ ਅਤੇ ਮਿਲੇ ਅਫਸਰ ਦੇ ਹਾਣ ਦੇ ਹੋਣ ਦੀ ਯੋਗਤਾ ਹੋਵੇਗੀ। ਦੁਕਾਨ ਖੋਲ੍ਹਣੀ ਸੌਖੀ ਹੈ, ਕੰਮ ਧੰਦਾ ਆਰੰਭ ਕਰਨ ਦਾ ਚਾਅ ਹੁੰਦਾ ਹੈ, ਕਿਸੇ ਦੀ ਨਕਲ ਕਰਨੀ ਔਖੀ ਨਹੀਂ ਲੱਗਦੀ, ਪਰ ਦੁਕਾਨ ਖੁੱਲ੍ਹੀ ਰੱਖਣੀ ਔਖੀ ਹੈ, ਕੰਮ ਧੰਦੇ ਨੂੰ ਚਲਾਉਣਾ ਸੌਖਾ ਨਹੀਂ। ਯੋਗਤਾ ਨਾ ਹੋਵੇ ਤਾਂ ਨਕਲ ਕਰਨੀ ਬੜੀ ਮਹਿੰਗੀ ਪੈਂਦੀ ਹੈ। ਲੱਖਾਂ ਹੀ ਨਹੀਂ ਕਰੋੜਾਂ ਲੋਕ ਆਪਣੀ ਯੋਗਤਾ ਸਮਰੱਥਾ ਸਮਝੇ ਬਿਨਾਂ ਜ਼ਿੰਦਗੀ ਦਾ ਜੁਰਮਾਨਾ ਭਰ ਰਹੇ ਹਨ। ਇੱਛਾ ਤਾਂ ਹੁੰਦੀ ਹੈ ਪਰ ਯੋਗਤਾ ਨਹੀਂ ਹੁੰਦੀ। ਅਫਸਰ ਤਾਂ ਮਿਲਦਾ ਹੈ ਪਰ ਸਮਰੱਥਾ ਜਵਾਬ ਦੇ ਜਾਂਦੀ ਹੈ। ਸਕੂਲ, ਕਾਲਜ, ਵਪਾਰ, ਸਮਾਜ ਅਤੇ ਸੰਸਾਰ ਵਿੱਚ ਮਿਹਨਤ ਤੋਂ ਬਿਨਾਂ ਕੋਈ ਵੱਡੀ ਪ੍ਰਾਪਤੀ ਸੰਭਵ ਨਹੀਂ ਹੁੰਦੀ। ਖੇਤਰ ਕੋਈ ਵੀ ਹੋਵੇ, ਉਸ ਵਿੱਚ ਥੋੜ੍ਹੇ ਜਿਹੇ ਵਿਅਕਤੀ ਹੀ ਮਿਹਨਤ ਦੇ ਉਦੇਸ਼ ਨਾਲ ਦਾਖਲ ਹੁੰਦੇ ਹਨ, ਬਾਕੀ ਆਪਣਾ ਦਾਅ ਲਾਉਣ ਦਾ ਯਤਨ ਕਰਦੇ ਹਨ, ਪਰ ਥੋੜ੍ਹੇ ਜਿਹੇ ਅਰਸੇ ਵਿੱਚ ਹੀ ਉਹਨਾਂ ਦੇ ਜਿੱਤਣ ਹਾਰਨ ਦਾ ਨਿਰਣਾ ਹੋ ਜਾਂਦਾ ਹੈ ਅਤੇ ਬਹੁਤੇ ਕੇਵਲ ਸੁਪਨੇ ਵੇਖਣ ਵਾਲਿਆਂ ਦੀ ਭੀੜ ਵਿੱਚ ਗੁਆਚ ਜਾਂਦੇ ਹਨ। ਪੌੜੀ ਦੇ ਸਿਖਰਲੇ ਡੰਡੇ 'ਤੇ ਪਹੁੰਚਣ ਲਈ ਭੀੜ ਵਿੱਚੋਂ ਲੰਘਣਾ ਪਵੇਗਾ। ਭੀੜ ਲੰਘਣ ਨਹੀਂ ਦੇਵੇਗੀ, ਆਪਣੀ ਯੋਗਤਾ ਦੇ ਜ਼ੋਰ ਨਾਲ ਲੰਘਣਾ ਪਵੇਗਾ। ਜਦੋਂ ਤੁਹਾਡੀ ਯੋਗਤਾ ਨਿਰਵਿਵਾਦ ਢੰਗ ਨਾਲ ਸਥਾਪਿਤ ਹੋ ਜਾਵੇਗੀ ਤਾਂ ਭੀੜ ਤੁਹਾਡੇ ਲਈ ਆਪੇ ਰਾਹ ਛੱਡੇਗੀ। ਜੇਤੂਆਂ ਨੂੰ ਰੋਕਿਆ ਨਹੀਂ ਜਾਂਦਾ, ਉਹਨਾਂ ਉੱਤੇ ਫੁੱਲ ਵਰਸਾਏ ਜਾਂਦੇ ਹਨ। ਸਥਾਪਿਤ ਹੋ ਚੁੱਕੀ ਯੋਗਤਾ ਨੂੰ ਸਮਰੱਥਾ ਕਹਿੰਦੇ ਹਨ, ਜਦੋਂ ਕਿ ਅਮਲ ਵਿੱਚ ਲਿਆਂਦੀ ਸਮਰੱਥਾ ਯੋਗਤਾ ਖਵਾਉਂਦੀ ਹੈ। ਯੋਗਤਾ ਅਤੇ ਸਮਰੱਥਾ ਦੋਹਾਂ ਦਾ ਆਧਾਰ ਸਿਆਣਪ ਨਾਲ ਅਤੇ ਸਪੱਸ਼ਟ ਉਦੇਸ਼ ਅਧੀਨ ਕੀਤੀ ਮਿਹਨਤ ਹੁੰਦੀ ਹੈ। ਇਹਨਾਂ ਗੁਣਾਂ ਵਿੱਚੋਂ ਸਫਲਤਾ ਉਪਜਦੀ ਹੈ। ਸਫਲ ਵਿਅਕਤੀ ਜਦੋਂ ਕਿਸੇ ਕੰਮ ਨੂੰ ਵੇਖਦਾ ਹੈ ਤਾਂ ਸੋਚਦਾ ਹੈ, ਸਾਰੇ ਕਹਿੰਦੇ ਹਨ ਕਿ ਇਹ ਕੰਮ ਔਖਾ ਹੈ, ਇਸੇ ਕਰਕੇ ਮੈਂ ਇਹ ਕਰਾਂਗਾ। ਉਹ ਸੋਚੇਗਾ, ਮੈਂ ਇਹ ਕਰ ਸਕਦਾ ਹਾਂ, ਇਹ ਮੈਨੂੰ ਹੀ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਅਸਫਲ ਹੀ ਹੋਣਾ ਹੁੰਦਾ ਹੈ ਉਹ ਗੁੱਸੇ ਨਾਲ ਬਹਿਸ ਕਰਕੇ ਇਹ ਸਾਬਤ ਕਰਨਗੇ, ਇਹ ਕੰਮ ਮੇਰਾ ਨਹੀਂ ਹੈ, ਮੈਂ ਇਹ ਕਿਉਂ ਕਰਾਂ। ਗੁੱਸਾ ਕਦੇ ਵੀ ਤਰਕ ਨਹੀਂ ਬਣਦਾ। ਗੁੱਸਾ ਤਾਕਤ ਵਿੱਚੋਂ ਨਹੀਂ, ਕਮਜ਼ੋਰੀ ਵਿੱਚੋਂ ਉਪਜਦਾ ਹੈ। ਬਹਿਸ ਗੱਲਬਾਤ ਦੀ ਸਭ ਤੋਂ ਨੀਵੀਂ ਵੰਨਗੀ ਹੁੰਦੀ ਹੈ। ਬਹਿਸ ਨੂੰ ਜਿੱਤਣ ਅਤੇ ਹਾਰਨ ਦੋਹਾਂ ਵਿੱਚ ਨੁਕਸਾਨ ਹੁੰਦਾ ਹੈ। ਬਹਿਸ ਨੂੰ ਜਿੱਤਣ ਅਤੇ ਹਾਰਨ ਵਾਲੇ ਦੋਵੇਂ ਕੰਮ ਨਹੀਂ ਕਰਨਗੇ। ਧਿਆਨ ਨਾਲ ਵੇਖਣਾ, ਬਹਿਸ ਕਰਦੇ ਹਾਂ ਕੋਈ ਸੋਹਣਾ ਨਹੀਂ ਲੱਗਦਾ। ਸਿਆਣੇ ਸਹਿਮਤ ਹੁੰਦੇ ਹਨ, ਮੂਰਖ ਬਹਿਸ ਕਰਦੇ ਹਨ। ਸਿਆਣੇ ਕੰਮ ਕਰਦੇ ਹਨ, ਮੂਰਖ ਬਹਾਨੇ ਲਾਉਂਦੇ ਹਨ। ਸਿਆਣੇ ਅਤੇ ਯੋਗ ਵਿਅਕਤੀ ਦੀ ਇਹ ਪਛਾਣ ਹੁੰਦੀ ਹੈ ਕਿ ਉਹ ਅਸਪਸ਼ਟ ਅਤੇ ਅਧੂਰੇ ਤੱਥਾਂ ਦੇ ਆਧਾਰ 'ਤੇ ਵੀ ਠੀਕ ਅਨੁਮਾਨ ਲਾ ਸਕਦਾ ਹੈ। ਵਾਸਤਵ ਵਿੱਚ ਯੋਗਤਾ ਨਵੀਆਂ ਅਣਕਿਆਸੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਦਾ ਦੂਜਾ ਨਾਂ ਹੈ। ਇੱਕ ਵਾਰੀ ਪਹਾੜੀ ਢਲਾਣ ਉੱਤੇ ਇੱਕ ਵਿਅਕਤੀ ਨੇ ਪੰਚਰ ਹੋਏ ਟਾਇਰ ਦੇ ਚਾਰ ਨਟ ਖੋਲ੍ਹ ਕੇ ਰੱਖੇ।
पर होटल आने कारण रुड़ गए। वह बड़ा परेशान सी। उसनु वेख के एक लंघदे योग व्यक्ति ने कहा, जेड़े तीन पहिए ठीक हैं उन्हों का एक एक नट खोल के कम चला लो, परेशान ना होवो। जे समर्था ने बंद हो जावे तां इह योगता बन के व्यक्ति दे माहिर होण दी विशेष पछाण बन जाती है। जेड़ा व्यक्ति अपनी निपुण कारगुजारी नूं दोहरा नहीं सकता उह योग नहीं है। किसी मुलाकात वेले उम्मीदवारां दे सर्टिफिकेट इस उद्देश नाल वेखे जांदे हन कि उन्हां विच निरंतर मेहनत करन दी योगता है कि नहीं। योग व्यक्तियों की कारगुजारी विच इक सूरता ते निरंतरता हुंदी है, बाकियां दी कारगुजारी विच जां टोए हुंदे हन जां टिब्बे। योग व्यक्ति गंभीर अते शांत हुंदे हन, उह समस्या नूं हल करन दी दृष्टि नाल वेखदे हन। ताकतवर व्यक्ति शांत हुंदे हन क्योंकि शांत होना अपने आप विच इक ताकत है। अजे तक कोई भी व्यक्ति सबब नाल जां अचानक ही समर्थावान अते योग नहीं बनिया। हंडनसार योगता अते चरित्र नीवियां आदतां नाल नहीं उसरदे। आले दुआले विच किसे खुशहाल अमीर परिवार नूं वेखण ते पता लगेगा कि एक पीढ़ी संघनी मेहनत योगता ते कुरबानी नाल खुशहाली उसारदी है, नाल चल रही दूजी पीढ़ी उसका फल खाती है। जदों की अक्सर अगलेरी पीढ़ी उस खुशहाली नूं इसलिए उजाड़ती है क्योंकि उस विच मेहनत की योग्यता ते खुशहाली संभालने की समर्था नहीं हुंदी। तीजी पीढ़ी अपने चरित्र के हनेरे पक्ष ही रोशन करती है। मुसीबत ते संकट विच चरित्र बनता नहीं, प्रगट हुंदा है। किसी ना किसी पक्षों हरेक व्यक्ति योग हुंदा है, पर उस वास्ते अपनी योग्यता की आप पछाण करनी सौखी नहीं हुंदी। इस पछाण लई असीं स्कूलों कालजों विच दाखिल हुंदे हाँ। जेड़े अपनी योग्यता का कद काट समझ जाते हैं वह अपना कार्य खेत्र सौख्या निर्धारित कर लेंदे हैं। जेड़े नहीं समझते वह अपनी शक्ति अजाई गवाते रहते हैं। जदों उद्देश मिल जाए तो राह खुल जाते हैं, जदों राह खुल जाए तो छुपी समर्था जाग पैंदी है, रुकावटां लोप हो जांदियां हन। एक डॉक्टर ने दस्या कि वह डॉक्टर किवें बनिया। एक बारी मेरा वड्डा भरा बड़ा सख्त बीमार पै गया, असीं उसके बचन की उम्मीद ला बैठे सां। यह वह दिन सन जदों खेतों विच बड़ा काम हुंदा है, सारा परिवार खेतों विच सी। पुजत ना होने के बावजूद मेरा पिता शहर विच भज्जिया ते डॉक्टर नूं पिंड लियाया। डॉक्टर ने मेरे भरा दी अखां वेखियां, नब्ज वेखी ते उह सब कुछ कीता जो एक योग डॉक्टर नूं करना चाहिंदा सी। असीं सारे मरीज दे आले दुआले उसनूं जिंदगी मौत विच लटकदियां वेख रहे सां। मैं अपने मापिआं दे चेहरे ते इतनी डूंघी चिंता पहलां कदे नहीं सी वेखी। यह चिंता वह मापे ही समझ सकते हैं जिन्हां दे हत्थों उन्हां दा जवान पुत्तर तिलक रहा होवे। जांच उपरंत डॉक्टर ने कहा, चिंता वाली कोई गल नहीं, तुहाडा बेटा जल्दी ही ठीक हो जाएगा। इन्हां शब्दों का मेरे माता पिता के चेहरे ते इतना सुखावा असर होया कि मैं उस वेले फैसला कर लिया कि मैं डॉक्टर बनाऊंगा ते कईआं दी चिंता का प्रसन्नता विच अनुवाद करांगा। अध्यापकां नूं इस गल का पता हुंदा है कि विद्यार्थी लायक जां नलायक नहीं हुंदे। जिन्हां दी योग्यता जाग पैंदी है जां जगा दित्ती जांदी है वह लायक हो जांदे हन, पत्थरां तों हीरे बन जांदे हन। पर जिन्हां दी समर्था सुत्ती रहिंदी है वह स्कूल बदलदे हन, जमात नहीं बदलदे। विद्यार्थी माल गड्डी दे डब्बियां वर्गे हुंदे हन, अध्यापक इंजन दा कार्ज करदे हन। खाली डब्बे बड़ा खड़ाक करदे हन, जिहड़े भरे हुंदे हन वह चुप करके लंघ जांदे हन। जिहड़े जागदे हन उही पहुँचदे हन। जिहड़े रातां जाग के मेहनत करदे हन एक दिन अचानक सवेरे सारे लोग उन्हां दे घर वधाई देण आ रहे हुंदे हन। एक बारी किसी थां विशाल सत्संग हो रहा सी। पंडाल तों बाहर एक पंडित ने एक श्रद्धालु नूं पुछया, जिहड़े बोल रहे हन तुसीं उन्हां नूं भगवान क्यों कहिंदे हो? श्रद्धालु ने कहा, भगवान तां तुसीं वी हो पर उह जागे होए हन। उन्हां ने अपने आप नूं जाण लिया है ते साध लिया है, उह चल पए हन। जे घोड़ा जोत्या ना जावे वह चलता नहीं, जे पानी किनारियां विच ना रहे तो वह किसी काम नहीं आउंदा। कोई भी जीवन उदों तक कुछ नहीं बनता जदों तक साध्या ना जावे। साधन दे इस कार्य नूं कला कहिंदे हन। चंगे बुलारे बनन वास्ते सुनन दी कला सीखनी पवेगी, चंगे लेखक बनन वास्ते पढ़न दा विशाल अभ्यास करना पवेगा।
किसी ने एक विद्वान नूं पुछया, मैं चंगी गलबात करनी किवें सिख सकदा हाँ? उत्तर मिलिया, सुनो पहला दूजे की गल सुनो, दूजे की पूरी गल सुनो, दूजे की पूरी गल पहला सुनो। पढ़न अते सुनन नाल मनुख चुप अते सियाणा हो जांदा है। पछतावा हमेशा कुछ बोलन करके हुंदा है। चुप रहन नाल कोई तुहाडी गल दे गलत अर्थ नहीं कढ सकदा। गल्लां करन दी थां विचारवान बनो। पढ़न नाल विचार मिलते हैं। समाचार पत्र केवल सूचना देते हैं, विचार पुस्तकों विच हुंदे हैं। विचारां नाल पदार्थक सहूलतां दी होंद अनहोंद दोहां नूं मानन दी योग्यता वध जांदी है। सियाणियां दे विचारां नूं सुहिरदता नाल सुनन नाल बोलन वाला साडा शुभ चिंतक बन जांदा है। किसी विद्वान तों लाभ उठाउण लई अपनी अज्ञानता प्रति सुचेत अते सुहिरद होना जरूरी है। विद्वान साढ़े विच अदिख नूं वेखण दी योग्यता समर्था उपजाउंदे हन। जिहड़ा व्यक्ति अदिख नूं वेख सकता है, उही व्यक्ति संभव नूं संभव बना सकता है। ਉਹ ਅਤਿਅੰਤ ਸਿਆਣੇ ਹੁੰਦੇ ਹਨ ਜਿਨ੍ਹਾਂ ਕੋਲ ਕਿਸੇ ਸਮੇਂ ਕਹਿਣ ਲਈ ਕੁਝ ਨਹੀਂ ਹੁੰਦਾ ਅਤੇ ਉਹ ਕੁਝ ਨਹੀਂ ਕਹਿੰਦੇ। ਅਜਿਹੇ ਵਿਦਵਾਨ ਪੁਸਤਕਾਂ ਵਰਗੇ ਹੁੰਦੇ ਹਨ, ਸ਼ਾਂਤ ਅਤੇ ਸਥਿਰ। ਪੁਸਤਕਾਂ ਸਾਡੇ ਸੋਚਣ, ਮਹਿਸੂਸ ਕਰਨ ਅਤੇ ਕੰਮ ਕਰਨ ਦਾ ਢੰਗ ਬਦਲ ਦਿੰਦੀਆਂ ਹਨ। ਇੱਕ ਅਨਪੜ੍ਹ ਅਤੇ ਮਾਹਿਰ ਵਿਚਲਾ ਅੰਤਰ ਪੁਸਤਕਾਂ ਕਾਰਨ ਹੁੰਦਾ ਹੈ। ਬੱਚਿਆਂ ਨੂੰ ਪੁਸਤਕਾਂ ਪੜ੍ਹਨ ਲਈ ਮਜਬੂਰ ਨਾ ਕਰੋ, ਆਪ ਪੁਸਤਕਾਂ ਪੜ੍ਹੋ ਅਤੇ ਬੱਚਿਆਂ ਦੀ ਹਾਜ਼ਰੀ ਵਿੱਚ ਪੁਸਤਕਾਂ ਦੀ ਸਿਫਤ ਕਰੋ। ਉਹ ਪੁਸਤਕਾਂ ਲੱਭ ਲੱਭ ਕੇ ਪੜ੍ਹਨਗੇ। ਜਿਨ੍ਹਾਂ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਨਹੀਂ ਹੁੰਦੀ, ਉਹਨਾਂ ਵਿੱਚ ਕੋਈ ਪਛਾਣਨ ਯੋਗ ਯੋਗਤਾ ਵੀ ਨਹੀਂ ਉਸਰਦੀ। ਪੁਸਤਕਾਂ ਸਾਡੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਸਿਰਜਦੀਆਂ ਹਨ। ਇਹ ਸਰਬੱਤ ਦਾ ਭਲਾ ਸੋਚਣਾ ਸਿਖਾਉਂਦੀਆਂ ਹਨ। ਤੁਹਾਨੂੰ ਮਹੱਤਵ ਉਦੋਂ ਹੀ ਮਿਲੇਗਾ ਜਦੋਂ ਕੋਈ ਜ਼ਿੰਮੇਵਾਰੀ ਮਿਲੇਗੀ। ਜੇ ਕੋਈ ਜ਼ਿੰਮੇਵਾਰੀ ਨਹੀਂ ਮਿਲ ਰਹੀ ਤਾਂ ਆਪ ਹੀ ਕੋਈ ਜ਼ਿੰਮੇਵਾਰੀ ਲੈ ਲਵੋ। ਮਹੱਤਵ ਸਦਾ ਜ਼ਿੰਮੇਵਾਰੀ ਦੇ ਅਨੁਪਾਤ ਵਿੱਚ ਮਿਲੇਗਾ। ਜ਼ਿੰਮੇਵਾਰੀ ਤੋਂ ਬਿਨਾਂ ਯੋਗਤਾ ਸਮਰੱਥਾ ਦੇ ਕੋਈ ਅਰਥ ਨਹੀਂ ਹੁੰਦੇ। ਜ਼ਿੰਮੇਵਾਰੀ ਦੀ ਆਦਤ ਜੇ ਬਚਪਨ ਵਿੱਚ ਪੈ ਜਾਵੇ ਤਾਂ ਇਹ ਵਰਦਾਨ ਸਿੱਧ ਹੁੰਦੀ ਹੈ, ਪਰ ਜੇ ਆਦਤ ਨਾ ਹੋਵੇ ਤਾਂ ਅਤੇ ਜ਼ਿੰਮੇਵਾਰੀ ਪੈ ਜਾਵੇ ਤਾਂ ਇਹ ਸਥਿਤੀ ਮੁਸੀਬਤ ਬਣ ਜਾਂਦੀ ਹੈ। ਮਾਪਿਆਂ ਨੂੰ ਆਪਣੇ ਵਿਹਾਰ ਨਾਲ ਬੱਚਿਆਂ ਲਈ ਜ਼ਿੰਮੇਵਾਰੀ ਦੀਆਂ ਉਦਾਹਰਨਾਂ ਸਿਰਜਣੀਆਂ ਪੈਣਗੀਆਂ ਅਤੇ ਬੱਚਿਆਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਜ਼ਿੰਮੇਵਾਰੀਆਂ ਦੇਣੀਆਂ ਪੈਣਗੀਆਂ। ਬੱਚੇ ਉਦਾਹਰਨਾਂ ਤੋਂ ਸਿੱਖਦੇ ਹਨ, ਉਪਦੇਸ਼ਾਂ ਤੋਂ ਨਹੀਂ। ਬੱਚਿਆਂ ਨੂੰ ਜਿਤਨੀਆਂ ਮਰਜ਼ੀ ਆਦਤਾਂ ਸਿਖਾਉਣ ਦਾ ਯਤਨ ਕਰੋ, ਉਹ ਕਰਨਗੇ ਉਵੇਂ ਹੀ ਜਿਵੇਂ ਉਹਨਾਂ ਦੇ ਮਾਪੇ ਕਰਦੇ ਹਨ। ਚੰਗੀਆਂ ਉਦਾਹਰਨਾਂ ਨਾਲ ਬੱਚਿਆਂ ਨੂੰ ਆਸ਼ਾਵਾਦੀ ਬਣਾਓ, ਉਹਨਾਂ ਵਿੱਚ ਜ਼ਿੰਦਗੀ ਦੀ ਹਾਂ ਭਰੋ, ਨਹੀਂ ਤਾਂ ਉਹ ਨਿਰਾਸ਼ਾਵਾਦੀ ਹੋ ਨਿਬੜਨਗੇ। ਨਿਰਾਸ਼ਾਵਾਦੀ ਕਦੇ ਵੀ ਮਹੱਤਵਪੂਰਨ ਵਿਅਕਤੀ ਨਹੀਂ ਹੁੰਦੇ ਅਤੇ ਮਹੱਤਵਪੂਰਨ ਵਿਅਕਤੀ ਕਦੇ ਨਿਰਾਸ਼ਾਵਾਦੀ ਨਹੀਂ ਹੁੰਦੇ। ਪਿੱਛੇ ਜਿਹੇ ਆਪਣੇ ਇੱਕ ਮਿੱਤਰ ਕੋਲ ਇੱਕ ਪਿੰਡ ਜਾਣ ਦਾ ਅਵਸਰ ਮਿਲਿਆ। ਦਰੱਖਤਾਂ ਦੇ ਇੱਕ ਝੁੰਡ ਦੀ ਛਾਂ ਵਿੱਚ ਬੈਠੇ ਪੁਰਾਣੀਆਂ ਯਾਦਾਂ ਨੂੰ ਸੱਜਰਾ ਕਰ ਰਹੇ ਸਾਂ। ਇੱਕ ਕੋਇਲ ਸਮੁੱਚੇ ਵਾਤਾਵਰਣ ਨੂੰ ਆਪਣੀ ਮਿੱਠੀ ਆਵਾਜ਼ ਨਾਲ ਰੰਗ ਰਹੀ ਸੀ। ਨੇੜੇ ਹੀ ਮੇਰੇ ਮਿੱਤਰ ਦਾ ਵੱਡਾ ਭਰਾ ਦਿਨ ਵੇਲੇ ਸੌਣ ਦਾ ਯਤਨ ਕਰ ਰਿਹਾ ਸੀ। ਉਸਦਾ ਵਿਆਹ ਨਹੀਂ ਸੀ ਹੋਇਆ। ਕੁਝ ਚਿਰ ਮਗਰੋਂ ਕੋਇਲ ਤੜਫਦੀ ਹੋਈ ਸਾਡੇ ਮੰਜੇ 'ਤੇ ਨੇੜੇ ਆ ਡਿੱਗੀ। ਮੇਰੇ ਮਿੱਤਰ ਨੇ ਆਪਣੇ ਭਰਾ ਨੂੰ ਕਿਹਾ, ਕਾਹਨੂੰ ਮਾਰਨੀ ਸੀ? ਭਰਾ ਨੇ ਕਿਹਾ, ਕੰਨ ਖਾਈ ਜਾਂਦੀ ਸੀ। ਜ਼ਿੰਦਗੀ ਦੀ ਇੱਕ ਹੋਰ ਝਾਕੀ ਵਿੱਚ ਇੱਕ ਹਾਦਸੇ ਵਿੱਚ ਕਈ ਵਿਅਕਤੀ ਫੱਟੜ ਹੋ ਗਏ ਸਨ। ਜਿਸ ਨੂੰ ਸਭ ਤੋਂ ਵੱਧ ਸੱਟਾਂ ਲੱਗੀਆਂ ਸਨ, ਉਹ ਬਾਕੀਆਂ ਨੂੰ ਕਹਿ ਰਿਹਾ ਸੀ, ਘਬਰਾਓ ਨਾ, ਆਪਾਂ ਸਭ ਠੀਕ ਹੋ ਜਾਵਾਂਗੇ। ਆਸ਼ਾਵਾਦੀ ਉਸ ਰੋਸ਼ਨੀ ਨੂੰ ਵੀ ਵੇਖ ਲੈਂਦਾ ਹੈ ਜਿਹੜੀ ਉੱਥੇ ਹੁੰਦੀ ਹੀ ਨਹੀਂ, ਅਤੇ ਨਿਰਾਸ਼ਾਵਾਦੀ ਜਗਦੇ ਦੀਵੇ ਨੂੰ ਵੀ ਫੂਕ ਮਾਰ ਕੇ ਬੁਝਾ ਦਿੰਦਾ ਹੈ। ਆਸ਼ਾਵਾਦੀ ਨੂੰ ਅਵਸਰ ਹੀ ਅਵਸਰ ਦਿਸਦੇ ਹਨ। ਕਿਸੇ ਨੇ ਕਿਹਾ, ਮੈਨੂੰ ਕੋਈ ਵਿਸ਼ੇਸ਼ ਅਵਸਰ ਨਹੀਂ ਮਿਲਿਆ। ਸੁਣਨ ਵਾਲੇ ਨੇ ਕਿਹਾ, ਵਿਸ਼ੇਸ਼ ਅਵਸਰ ਕਿੱਥੇ ਹਨ? ਕੋਈ ਅਵਸਰ ਵਿਸ਼ੇਸ਼ ਨਹੀਂ ਹੁੰਦਾ। ਅਵਸਰ ਮਨੁੱਖ ਦੀ ਯੋਗਤਾ ਅਤੇ ਸਮਰੱਥਾ ਵਿੱਚ ਹੁੰਦੇ ਹਨ। ਜਿਨ੍ਹਾਂ ਵਿੱਚ ਕੁਝ ਕਰਨ ਦਾ ਚਾਅ ਹੁੰਦਾ ਹੈ, ਉਹ ਜਿਹੜਾ ਵੀ ਅਵਸਰ ਮਿਲੇ ਉਸਨੂੰ ਘੁੱਟ ਕੇ ਜੱਫੀ ਪਾ ਲੈਂਦੇ ਹਨ। ਜਿਹੜੇ ਸੂਰਜ ਨਿਕਲੇ ਅਤੇ ਵੀ ਸੁੱਤੇ ਰਹਿੰਦੇ ਹਨ, ਉਹ ਆਪ ਤੰਗ ਹੁੰਦੇ ਹਨ ਅਤੇ ਦੂਜਿਆਂ ਨੂੰ ਤੰਗ ਕਰਦੇ ਰਹਿੰਦੇ ਹਨ। ਅਵਸਰ ਜਦੋਂ ਹੱਥੋਂ ਨਿਕਲ ਜਾਂਦਾ ਹੈ ਤਾਂ ਉਹ ਆਪਣੇ ਅਸਲੀ ਆਕਾਰ ਤੋਂ ਵੀ ਵੱਡਾ ਲੱਗਣ ਲੱਗ ਪੈਂਦਾ ਹੈ। ਅਵਸਰ ਮਾਣਨ ਵਾਸਤੇ ਸਵੇਰੇ ਉੱਠਣਾ ਪਵੇਗਾ। ਸਵੇਰੇ ਉੱਠਣਾ ਯੋਗ ਵਿਅਕਤੀਆਂ ਦਾ ਇੱਕ ਮੁੱਢਲਾ ਲੱਛਣ ਹੁੰਦਾ ਹੈ। ਸਵੇਰੇ ਉੱਠਣ ਕਰਕੇ ਉਹਨਾਂ ਕੋਲ ਖੁੱਲ੍ਹਾ ਸਮਾਂ ਹੁੰਦਾ ਹੈ ਅਤੇ ਉਹਨਾਂ ਦੀ ਪਹੁੰਚ ਹਾਂ ਪੱਕੀ ਹੁੰਦੀ ਹੈ। ਅਜਿਹੇ ਵਿਅਕਤੀਆਂ ਵਿੱਚ ਸਾਹਸ ਹੁੰਦਾ ਹੈ, ਜੋਸ਼ ਹੁੰਦਾ ਹੈ।
एक व्यक्ति किसी दफ्तर गया, चाह पीती जा रही सी। उस व्यक्ति ने एक कर्मचारी नूं अपना काम दस्या। काम करन उपरांत उस कर्मचारी ने पूछया, तुसी पहली बार आए हो, तुसी अपना काम मैनू ही क्यों दस्या? उत्तर मिलिया, कई चेहरे हुंदे हन जिन्हां उत्ते नां लिखी हुंदी है, तुहाडे चेहरे ते मैनू हाँ विखाई दित्ती सी। ऐसी उस दुकानदार कोल ही जांदे हां जिस दे चेहरे ते हाँ लिखी हुंदी है। दुकानदारां नूं अपनी योग्यता ते विश्वास हुंदा है। रेहड़ियां वाले कीमत पहलां दसदे हन, दुकानदार कीमत मगरों दसदे हन, क्योंकि उन्हां नूं भरोसा हुंदा है कि उन्हां कोल गाहक दी तसल्ली करवाउण दी योग्यता ते समर्था है। अज असीं पिछलियां सारियां सदियां दौरान लगभग 2000 योग समर्थ सुघड़ सियाणे स्नेही सहयोगी अते अनुभवी व्यक्तियों के योगदान सदका ही जीवन के सुख माण रहे हाँ। जे ये योग अते समर्थावान व्यक्ति ना हुंदे तां असीं हुण भी गुफावां विच रहिंदे हां, जंगलां विच शिकार हुंदे अते शिकार होणे करदे होणा सी। संसार नूं जितण वाले तैमूर लिंग चंगेज़ खान जां हिटलर नहीं सन, संसार नूं जितया है सुकरात ने, बुद्ध ने, न्यूटन अते लिंकन वर्गियां ने। योग्यता ते समर्था सामने हद्दां सरहद्दां दे कोई अर्थ नहीं हुंदे। यह जात पात नूं उलंघ के समुची मानव जाति दा सरमाया बन जांदियां हन। बहुते व्यक्ति सिक्ख्या दी घाट करके नहीं, दृढ़ इरादे दी अनहोंद करके योग्यता दे बावजूद किसी मंजिल नूं नहीं अपड़दे। दृढ़ इरादा योग्यता दा एक लक्षण है। जीवन विच दृढ़ इरादे तों बिना सफलता दी आस नहीं करनी चाहीदी। योग्यता अते समर्था उपजाउण लई व्यक्ति नूं कई पड़ावां विच्चों गुजरना पैंदा है। उदाहरण वजों असीं वेखदे हाँ, सुनदे हाँ, समझदे हाँ, सिखदे हाँ अते इन्हां दे आधार ते कार्ज करदे हाँ। साडी योग्यता दे सारे पक्ष साडे कार्जां विच प्रगट हुंदे हन। कार्जां राहीं असीं जिंदगी दे नियम समझदे हाँ अते तजर्बे राहीं असीं उह काम करदे हाँ जिन्हां ते इह नियम लागू हुंदे हन। इस अमल विचों सफलतावां अते जित्तां उपजदियां हन। जित्तां ते सफलतावां योग्यता ते समर्था नूं वधाउंदियां हन। जित्तां साडियां मुश्किलां ते कुरबानियां दे अनुपात विच ही महत्व ग्रहण करदियां हन। मुश्किलां ते कुरबानियां नायक सिरजदियां हन। असीं उन्हां नूं ही अपने नायक समझदे हाँ जिहड़े सानूं मुश्किलां ते मुसीबतां सामने डटना सिखाउंदे हन। नायक ही योग्यता ते मनुखी विहार दे नवें संकल्प ते विचार सिरजदे हन। जे विचार जां संकल्प पिछे योग्यता ते ताकत ना होवे तां अजिहे विचार जां संकल्प दी दुरवरतों ही हुंदी है। अयोग व्यक्तियां दा कोई नायक नहीं हुंदा। अयोग व्यक्ति सुस्ती नूं आराम कहिंदे हन। जिस लई सज़ा नालों पछतावा वड्डी गल है, उही व्यक्ति योग है। उसे विच सफल होण दीआं किसे लई उदाहरण बणन दीआं संभावनावां हुंदीआं हन। महान व्यक्तियों विच अते सफल उदाहरणों विच गिने जाण दी इच्छा ही साडे तों वड्डे वड्डे काम कराउंदी है। दरवेश अते विज्ञानी समुची मानव जाति दे संदर्भ विच सोचते हन, इस लई उह महान हन। पर इह इच्छा कि केवल मैं ही महान होवां गर्क जाण दी सूचक है। केवल गल्लां करन वाले ते दूजियां विच दोष कढ़न वाले कदी भी किसे लई उदाहरण नहीं बणदे। जिहड़े मोमबत्तियां वेचदे हन, जे उन्हां नूं सूरज दी रोशनी चंगी नहीं लगदी तां उन्हां दी जिंदगी विच मोमबत्ती जितना ही चानना होवेगा। जे झोली छोटी है तां दातां वड्डियां नहीं हो सकदियां। गड़वी विच बाल्टी नहीं उलटाई जा सकदी। यूनान दे महान कवि होमर ने अपने महाकाव्य विच अजिहे सूरवीरां अते बहादुरां नूं नायक बनाया कि नायक वर्गा बनना हरेक यूनानी जवान दा आदर्श बन गया। जदों ये हो गया तां यूनान चल निकलिया ते निक्के निक्के कस्बियां वाला यूनान विश्व दी महान सभ्यता बनिया। एक योग अते समर्थावाद कारीगर मिट्टी नूं मूर्ति अते इट्टां नूं इमारत बना दिंदा है। पुरातन काल विच अगस्टस ने जदों रोम दा राजभाग संभालिया तां रोम इट्टां दा बनिया होया सी। वेखदिआं वेखदिआं अगस्टस दे यतनां सदकां सब पासे संगमरमर ही संगमरमर हो गया। साडे अपने जमाने विच बरतानिया दी शाही हुकूमत नूं इक गरीबड़े देश दे गांधी ने मुल्क विचों चले जाण लई मजबूर कीता सी। 20वीं सदी विच तुर्की विच अजिहा ही कमाल अतातुर्क ने कर विखाया। अतातुर्क तों पहलां तुर्की एशिया दा पछड़िया होया अंतला देश सी।
ਅਤਾਤੁਰਕ ਦੇ ਯਤਨਾਂ ਸਦਕਾ ਤੁਰਕੀ ਯੂਰਪ ਦਾ ਪਹਿਲਾ ਖੁਸ਼ਹਾਲ ਮੁਲਕ ਬਣ ਗਿਆ। ਜਦੋਂ ਤੇਜਸਵੀ ਦ੍ਰਿਸ਼ਟੀ ਅਤੇ ਸਪਸ਼ਟ ਦਿਸ਼ਾ ਨਿਕਿਕਲੀ ਕਲੀਰ ਪਾਉਂਦੀਆਂ ਹਨ ਤਾਂ ਕਰਾਮਾਤਾਂ ਵਾਪਰਦੀਆਂ ਹਨ। ਜੇ ਦਿਸ਼ਾ ਠੀਕ ਹੋਵੇ ਤਾਂ ਇੱਕ ਲੰਗੜਾ ਵੀ ਗਲਤ ਸੇਧ ਵਿੱਚ ਦੌੜ ਰਹੇ ਇੱਕ ਨਿਪੁੰਨ ਦੌੜਾਕ ਨੂੰ ਹਰਾ ਦਿੰਦਾ ਹੈ। ਬਹਾਦਰੀ, ਅਸੂਲ, ਸੁਹਿਰਦਤਾ ਅਤੇ ਚਰਿੱਤਰ ਆਦਿ ਯੋਗ ਅਤੇ ਸਮਰੱਥਾਵਾਨ ਵਿਅਕਤੀਆਂ ਦੇ ਸੰਦੀਵੀ ਗੁਣ ਹੁੰਦੇ ਹਨ। ਮੁਸੀਬਤਾਂ ਅਤੇ ਮਜੂਸੀਆਂ ਵੇਲੇ ਇਹਨਾਂ ਗੁਣਾਂ ਦੀ ਲੋੜ ਪੈਂਦੀ ਹੈ। ਆਪਣੀ ਹੋਂਦ ਦਾ ਸਬੂਤ ਅਸੀਂ ਆਪ ਹੀ ਹਾਂ। ਆਪਣੀ ਯੋਗਤਾ ਅਤੇ ਸਮਰੱਥਾ ਦਾ ਸਬੂਤ ਅਸੀਂ ਆਪ ਹੀ ਦੇਣਾ ਹੈ, ਜਿਵੇਂ ਬੀਜ ਆਪਣੀ ਯੋਗਤਾ ਦਾ ਸਬੂਤ ਦਰਖਤ ਬਣ ਕੇ ਦਿੰਦਾ ਹੈ। ਅਸੀਂ ਗੁਆਚ ਕੇ ਅਵਸਰਾਂ ਨੂੰ ਵਾਪਸ ਨਹੀਂ ਲਿਆ ਸਕਦੇ, ਅਸੀਂ ਵਕਤ ਨੂੰ ਪੈਦਾ ਨਹੀਂ ਕਰ ਸਕਦੇ, ਪਰ ਆਪਣੀ ਯੋਗਤਾ ਅਤੇ ਸਮਰੱਥਾ ਨਾਲ ਅਸੀਂ ਆਉਣ ਵਾਲੇ ਸਮੇਂ ਨੂੰ ਅਤੇ ਉਪਜਣ ਵਾਲੇ ਅਵਸਰਾਂ ਨੂੰ ਮੁੱਲਵਾਨ ਜ਼ਰੂਰ ਬਣਾ ਸਕਦੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।